ਚੌਧਰੀ ਦਾਸ ਸਾਹਿਬਾਨ ਸਾਰੇ ਵਿੰਗਾਂ ਦੇ ਸਾਰੀਆਂ ਸੰਸਥਾਵਾਂ ਦੇ ਆਏ ਹੋਏ ਮੈਂਬਰ ਸਾਹਿਬਾਨ ਗੋਸ਼ਾਲਾ ਕਮੇਟੀ ਵੀ ਹੈ ਮੰਜ਼ਰ ਮੇਰੇ ਭਰਾ ਸਾਰਿਆਂ ਦਾ ਨਾਮ ਲੈਣ ਲੱਗਾ ਤਾਂ ਸਾਰੇ ਮੇਰੇ ਪਿਆਰੇ ਭਰਾਵੋ ਪਿਆਰੀਓ ਭੈਣੋ ਅਤੇ ਪਿਆਰੇ ਬੱਚਿਓ ਅੱਜ 5 ਸਾਲ ਹੋ ਗਏ ਹੈ ਉਸ ਤੋਂ ਬਾਅਦ ਹੁਣ ਵੋਟਾਂ ਪੈਣ ਲੱਗੀਆਂ ਹੈ ਪਿਛਲੇ 5 ਸਾਲ ਦੇ ਵਿੱਚ ਬੇਸ਼ੱਕ ਸਰਕਾਰ ਕਾਂਗਰਸ ਦੀ ਬਣੀ ਪਰ ਆਪਣੀ ਨੁਮਾਇੰਦਗੀ ਨਹੀਂ ਸੀ ਜਿੰਨਾ ਦੁੱਖ ਤੁਸੀਂ ਤੇ ਮੈਨੂੰ ਭੋਗਣਾ ਪਿਆ ਜਿਹੜੇ ਮੇਰੇ ਸੁਪਨੇ ਸੀ ਤੁਹਾਡੇ ਸਾਰਿਆਂ ਲਈ ਜੋ ਮੈਂ ਕਿਹਾ ਸੀ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆਊਗੀ ਤੇ ਮੈਂ ਵੀ ਜ਼ਿੰਦਗੀ ਦੀ ਬਾਜ਼ੀ ਲਾ ਦੂੰਗੀ ਅੱਜ ਉਹ ਸੁਪਨੇ ਦੇਖੇ ਅਸੀਂ ਛੋਟੇ ਵੱਡੇ ਕਾਰਖਾਨੇ ਰੁਜ਼ਗਾਰ ਸਾਰੀਆਂ ਚੀਜ਼ਾਂ ਮੈਂ ਫਟਾਫਟ ਸਾਰਾ ਕੁਛ ਲਿਆਉਂਗੀ ਲੇਕਿਨ ਮੇਰੇ ਭਰਾਵੋ ਭੈਣੋ ਤੇ ਪਿਆਰੇ ਬੱਚਿਓ ਮੇਰੇ ਨਸੀਬ ਵਿੱਚ ਉਹ ਨਹੀਂ ਸੀ ਸਮਾਂ ਤੁਸੀਂ ਸਾਰਿਆਂ ਨੇ ਮਿਹਨਤ ਕੀਤੀ ਤੁਹਾਡੀ ਧੰਨਵਾਦੀਆਂ ਰਿਣੀਆਂ ਲੇਕਿਨ ਕੁਛ ਹਵਾ ਤੇ ਹਾਲਾਤ ਇਹੋ ਜਿਹੇ ਬਣੇ ਕਿਉਂਕਿ ਭਾਰਤ ਉੱਤੇ ਵੀ ਬਾਹਰੋਂ ਮਹਿਮੂਦ ਗਜ਼ਨਵੀ ਵਰਗੇ ਆਉਂਦੇ ਰਹੇ ਹਮਲੇ ਕਰ ਲੁੱਟ ਕੇ ਲੈ ਜਾਂਦੇ ਰਹੇ ਅਹਿਮਦ ਸ਼ਾਹ ਅਬਦਾਲੀ ਵਰਗੇ ਆਉਂਦੇ ਰਹੇ ਲੈ ਜਾਂਦੇ ਰਹੇ ਇਵੇਂ ਜਿਵੇਂ ਬਾਹਰਲੇ ਹਲਕੇ ਦਾ ਭਗੌੜਾ ਸਰਕਾਰ ਦਾ ਕਈ 100 ਕਰੋੜ ਰੁਪਇਆ ਲਿਜਾ ਕੇ 10 ਸਾਲ ਇਕੱਠੀ ਜੀ ਨੇ ਰਾਜ ਕੀਤਾ 10 ਸਾਲ ਕਾਂਗਰਸ ਨੇ ਨਹੀਂ ਕੀਤਾ ਅਕਾਲੀ ਦਲ ਨੇ ਉਸ ਬੰਦੇ ਨੇ ਵਿਹੜੇ ਸਿਰ ਭਰਮਾ ਕੇ ਕਿਤੇ ਪਹੀਆਂ ਕਿਤੇ ਸੜਕਾਂ ਕਿਤੇ ਛੋਟਾ ਜਿਹਾ ਪੰਚਾਇਤਾਂ ਮਿਊਨਸਪੈਲਟੀਆਂ ਦਾ ਕੰਮ ਹੈ ਉਹ ਕਰਕੇ ਇੱਥੋਂ ਸਾਡੀ ਸੀਟ ਲੈ ਗਿਆ ਉਸ ਤੋਂ ਬਾਅਦ 4.5 ਸਾਲ ਹੋ ਗਏ ਉਹਨੇ ਕਿਹਾ ਜੀ ਮੈਂ ਤਾਂ MLA ਹਾਂ ਮੈਂ ਵੀ MLA ਸੀ MLA ਵਿਧਾਨ ਸਭਾ ਚ ਬੋਲ ਸਕਦਾ ਹੁੰਦਾ ਹੈ ਕੋਈ 1 ਵੀ ਮਾਮਲਾ MLA ਬਣੇ ਨੇ ਥੋਡੀਆਂ ਵੋਟਾਂ ਲੈ ਕੇ ਬਣੇ MLA ਠਾਇਆ ਹੋਵੇ ਉੱਥੇ ਮੈਂ ਉੱਥੇ ਵੀ ਠਾਇਆ ਜਦੋਂ MLA ਸੀ ਧਰਨੇ ਵੀ ਅੱਛੇ ਮੇਰੇ ਬੇਟੇ ਤੇ ਮੇਰੇ ਬਰਕਰਾਰ ਦਿੱਤੇ ਲੋਕਾਂ ਦੇ ਮਸਲਿਆਂ ਦੇ ਵਾਸਤੇ ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਜੀ ਉਹਦੇ ਪਿਤਾ ਜੀ ਉਹ MP ਜਿਨ੍ਹਾਂ ਨੂੰ 1 ਸਾਲ ਦਾ 5 ਕਰੋੜ ਮਿਲਦਾ ਹੈ 5 ਕਰੋੜ 5 ਸਾਲ ਹੁੰਦੀ ਹੈ 25 ਕਰੋੜ 1 ਟਰਮ ਦਾ 3 ਟਰਮਾਂ ਰਹਿ ਆ ਉਹ 100 ਕਰੋੜ ਦੇ ਨੇੜੇ ਪੈਸਾ ਜੇਬਾਂ ਚ ਪਾਇਆ ਹੋਇਆ ਹੈ ਲੇਕਿਨ ਹੁਣ 4.5 ਸਾਲ ਤੋਂ ਬਾਅਦ 2-2 ਲੱਖ ਦੇ ਚੈੱਕ ਕੱਢਦੇ ਫਿਰਦੇ ਆ ਰਿਓੜੀਆਂ ਵੱਟਦੇ ਔਰ ਪਿਛਲੀ ਵਾਰ ਉਹਨਾਂ ਦੇ ਬੰਦੇ ਕਹਿੰਦੇ ਆ ਕਹਿੰਦੇ ਵੀ ਜਦੋਂ ਆਦੇ ਉਹ ਬੈਠੇ ਹੋਏ ਡੁੱਲੜੀ ਚਾਉਂਦੀ ਚ ਘਰੇਲੂ ਚ ਉੱਥੇ ਕਹਿੰਦੇ ਮੇਰਾ ਕੀ ਸਾਥ ਨੇ ਲੈ ਰਿਹਾ ਤਾਂ ਮੇਰੇ ਤੇ ਕੋਈ ਲੈ ਰਿਹਾ ਤਾਂ ਸਾਥ ਨਹੀਂ ਮੈਂ ਤਾਂ ਵੋਟਾਂ ਖਰੀਦੀ ਗਏ ਪੈਸੇ ਨਾਲ ਸਾਨੂੰ ਉਹ ਖਰੀਦਣ ਵਾਲਿਆਂ ਚ ਪਾਉਂਦੇ ਆ ਸਾਡਾ ਮਾਨ ਗਰੀਬ ਮਜ਼ਬੂਰੀ ਉਹਦਾ ਮਜ਼ਾਕ ਉਡਾ ਕੇ ਸਾਨੂੰ ਖਰੀਦਾਂ ਚ ਪਾਉਂਦੇ ਆ ਕਹਿੰਦੇ ਆਖਰਕਾਰ ਜਿੱਤਿਆ ਤਾਂ ਸੁਨਾਮ ਹੀ ਹੈ ਲਹਿਰਾ ਹਲਕਾ ਹੀ ਹਾਰਿਆ ਨਾ ਇਹ ਸਾਡੀਆਂ ਵੋਟਾਂ ਲੈ ਗਏ ਨਾ ਇਹ ਸਾਨੂੰ ਬਗਾਨੇ ਦੱਸ ਗਏ ਨਾ ਇਹ ਸਾਨੂੰ ਟਿਕਾਊ ਦੱਸ ਗਏ ਤੇ ਨਾ ਇਹ ਸਾਨੂੰ ਹਾਰੇ ਵੀ ਦੱਸ ਗਏ ਇਹ ਦਿੱਤਾ ਉਹਨਾਂ ਨੇ ਮੇਰੇ ਭਰਾਵੋ ਮੇਰੇ ਕੋਲ ਤਾਂ ਕੁਛ ਨਹੀਂ ਸੀਗਾ ਮੈਂ ਇਸ ਵਾਰ MLA ਦੀ ਵਿਧਾਨ ਸਭਾ ਚ ਬੋਲ ਸਕਦੀ ਸੀ ਲੇਕਿਨ ਮੈਂ ਆਪਣੇ ਹਲਕੇ ਲਈ ਦਰ ਦਰ ਫਿਰੀਆ ਕਿ ਮੈਨੂੰ ਕੋਈ 4 ਪੈਸੇ ਦਿਓ ਮੇਰੇ ਆਪਣੇ ਹਲਕੇ ਦੀ ਮੈਂ ਸੇਵਾ ਕਰ ਸਕਾਂ ਹਰਿਆਣੇ ਦਾ ਬਾਰਡਰ ਹੈ ਕੋਈ ਪੁੱਛਦਾ ਨਹੀਂ ਸਾਨੂੰ ਪੈਸੇ ਦਿਓ ਮੇਰਾ ਵੀ ਮਜ਼ਾਕ ਉਡਾਉਂਦੇ ਸੀ ਕਿ ਕਿਹੜੇ ਹਲਕੇ ਵਾਸਤੇ ਲਹਿਰੇ ਲਈ ਉਹ ਲਹਿਰਾ ਜੀ ਨੂੰ ਪਤਾ ਹੀ ਨਹੀਂ ਕਿੱਥੇ ਵੋਟ ਪਾਉਣੀ ਹੈ ਤੈਨੂੰ ਹਿਲਾ ਕੇ ਭੇਜਦਾ ਕੋਈ ਨਹੀਂ ਪੈਸੇ ਮਿਲਦੀ ਹੈ ਮੇਰਾ ਵੀ ਸਿਰਦੀਵਾ ਕਰਦੇ ਸੀ ਮਿਹਨਤ ਸੁਣਦੀ ਸੀ ਮੈਂ ਲਹਿਰੇ ਹਲਕੇ ਲੇਕਿਨ ਮੇਰੇ ਭਰਾਵੋ ਤੁਹਾਨੂੰ ਪਤਾ ਹੈ ਕਿ ਅੱਜ ਤਾਂ ਉਹ ਕਾਂਗਰਸ ਛੱਡ ਗਈ ਹੈ ਕੈਪਟਨ ਅਮਰਿੰਦਰ ਸਿੰਘ
ਉਹਨਾਂ ਨੇ ਪਹਿਲਾਂ ਹੀ ਇਹਨਾਂ ਨਾਲ ਹੱਥ ਲਾਏ ਹੋਏ ਸੀ, ਉੱਤੇ ਮੋਦੀ ਦੇ ਨਾਲ ਥੱਲੇ ਢੀਂਡਸਿਆਂ ਨਾਲ, ਕਿ ਲਹਿਰੇ ਨੂੰ ਕੋਈ ਪੈਸਾ ਨਹੀਂ ਦੇਣਾ, ਲਹਿਰੇ ਦਾ ਕੋਈ ਕੰਮ ਨਹੀਂ ਕਰਨਾ। ਉਹ ਕੰਮ ਉਹਨੂੰ ਕਮਾ ਕੇ ਰੱਖਿਆ। ਲੇਕਿਨ ਸਰਕਾਰ ਬਦਲੀ, 4 ਮਹੀਨੇ 4.5 ਮਹੀਨੇ ਹੋਏ ਆ ਮੇਰੇ ਭਰਾਵੋ। ਆ ਮੇਰਾ ਭਰਾ ਮੇਰੇ ਕੰਮ ਗਣਾ ਰਹੇ ਸੀ, ਮੈਂ ਇੱਕੋ ਹੀ ਰੁਕਸ ਕੀਤਾ ਜਦੋਂ ਕਹਿੰਦੇ ਕੀ ਕੀਤਾ, ਮੈਂ ਕੰਮ ਕਹਿੰਦੇ ਗਣਾਇਆ ਹੀ ਨਹੀਂ। ਅੱਜ ਤੱਕ ਆ ਸਾਰੇ ਬਨੌਰੀ ਵਾਲੇ ਬੈਠੇ ਹੋ, ਇੱਥੋਂ ਬੰਨ ਟੁੱਟ ਗਿਆ ਸੀ। ਮੈਨੂੰ ਟੈਲੀਫੋਨ ਆਏ ਸਾਰੇ ਖਿਡਾਰੀ ਲਾਲ ਉਹਨਾਂ ਦੇ ਸਾਰੇ ਤੁਹਾਡੇ ਮੰਡੀ ਚੋਂ, ਕਿ ਜੀ ਇਹਦਾ ਠੀਕ ਕਰਾਓ, ਸਾਰਾ ਕਨੌਰੀ ਰੁੜ ਜੂਗਾ। ਉਸੇ ਵੇਲੇ ਮੈਂ ਖੜੇ ਪੈਰ 30 ਲੱਖ ਡੀਸੀ ਤੋਂ ਮਨਜ਼ੂਰ ਕਰਾ ਕੇ ਫੌਜ ਫੂਜ ਭੇਜ ਕੇ ਲਗਵਾਇਆ, ਪਰ ਮੈਂ ਕਦੇ ਗਣਾਇਆ ਹੀ ਨਹੀਂ। ਆਖਰ ਗੜਫੜ ਸਾਹਮਣੇ ਗਣਾਇਆ ਹੀ ਨਹੀਂ, ਸਭ ਸੀਟ ਨਾਲ ਸੀ ਕਦੇ ਗਣਾਇਆ ਹੀ ਨਹੀਂ, ਆਈ ਟੀ ਆਈ ਨਾਲ ਤੁਹਾਡੇ ਪੈਂਦੇ ਗਣਾਇਆ ਹੀ ਨਹੀਂ, ਆ ਨਾਲ ਦੇਸ ਰਾਜ ਬੈਠੇ ਦਾਣਾ ਪੈਂਦਾ ਬਲਾਕ ਬਣਾ ਤਾਂ ਗਣਾਇਆ ਹੀ ਨਹੀਂ। ਤੁਹਾਡੇ ਨੇੜੇ ਸਬ ਡਿਵੀਜ਼ਨ ਤੇ ਮੁਲਕ ਦੇ ਵਿੱਚ ਡਿਗਰੀ ਕਾਲਜ ਬਣਾ ਤਾਂ ਕਦੇ ਗਣਾਇਆ ਹੀ ਨਹੀਂ। ਆ ਮੇਰਾ ਭਰਾ ਕਹਿ ਬੱਚਾ ਕਹਿ ਰਿਹਾ ਸੀ 3 ਕੋਲ ਬਣਾਏ ਆ, 3 ਨਹੀਂ 7 ਕੋਲ ਵੀ ਸੂਆ ਕੱਸੀ ਨਹੀਂ ਘੱਗਰ ਦੇ। ਇੱਥੋਂ ਦਾਣਾ ਚਾਂਦੂ ਜਿਹੜਾ ਸਾਡਾ ਨਾਲ ਬਕੋੜ ਸਾਹਿਬ, ਨਾਲ ਸਾਡੇ ਹਾਂਡਾ, ਨਾਲ ਸਾਡੇ ਕੜੈਲ ਲਹਿਰਾ ਮੂਨਕ ਦੇ ਨਾਲ ਘਟਾਣੇ ਨੂੰ ਜਾਂਦਾ, 7 ਕੋਲ ਬਣਾਏ ਆ। ਮੈਂ ਤਾਂ ਖਜ਼ਾਨਾ ਮੰਤਰੀ ਨਹੀਂ ਸੀ, ਖਜ਼ਾਨਾ ਮੰਤਰੀ ਢੀਂਡਸਾ ਜੀ 1 ਕੋਲ ਬਣਾਏ, ਦੱਸ ਦਿਓ ਮੈਨੂੰ 1। ਤੁਸੀਂ ਕਹਿੰਦੇ ਹੋ ਅਸੀਂ ਕੀ ਕੀਤਾ, ਤੁਹਾਨੂੰ ਪੁੱਛਦੇ ਹਾਂ ਤੁਸੀਂ ਕੀ ਕੀਤਾ, ਸਾਰੇ ਪਾਰਟੀ ਦੇ ਵਿਰੋਧੀ ਪਾਰਟੀ ਦੇ ਬੰਦਿਆਂ ਨੂੰ ਪੁੱਛਦੇ ਹਾਂ ਕੀ ਕੀਤਾ। ਇਹ ਸਾਰੀਆਂ ਚੀਜ਼ਾਂ ਕੀਤੀਆਂ ਔਰ ਅੱਜ ਵੀ ਮੈਨੂੰ ਖੁਸ਼ੀ ਹੈ। ਮੈਂ ਚੰਨੀ ਨੂੰ ਕਿਹਾ ਸੀਗਾ ਜੇ ਕੋਈ ਚੰਨੀ ਸਰਕਾਰ ਆਉਣ ਵੇਲੇ ਕੁਛ ਲੋਕਾਂ ਦੇ ਕੰਮ ਹੁਣ ਸੁਧਰਨ ਲੱਗੇ, ਉਹਨਾਂ ਨੇ ਗ੍ਰਾਂਟਾਂ ਦਿੱਤੀਆਂ, ਮੈਨੂੰ ਵੀ ਮਿਲੀ ਗ੍ਰਾਂਟ, ਹੁਣ ਸਾਰਾ ਪੌਣਾ 4 ਸਾਲ ਨਹੀਂ ਮਿਲ ਸਕੀ, 4.5 ਸਾਲ। ਉਹਦੇ ਵਿੱਚ 3 ਕਰੋੜ ਦੇ ਲਗਭਗ ਇਕੱਲੇ ਖਨੌਰੀ ਵਾਸਤੇ ਹੀ ਚੁੱਕਿੰਦੀਆਂ ਸਾਡੀਆਂ ਸਾਰੀਆਂ ਸੰਸਥਾਵਾਂ, ਕੋਈ ਨਾ ਵੀ ਗੱਲ ਛੱਡ ਰਹੀ ਔਰ ਸੰਸਥਾ ਰਹਿਣ ਨਹੀਂ ਦਿੱਤੀ। ਸਾਰਿਆਂ ਦੀ ਯਾਦ ਸੀ ਮੈਨੂੰ, ਪਿਆਰ ਸੀ ਮੈਨੂੰ, ਉਹਨਾਂ ਸਾਰਿਆਂ ਦੇ ਵਿਕਾਸ ਲਈ ਉੱਥੇ ਫੁੱਲ ਲੈ ਕੇ ਆ ਸਕੀ। ਮੇਰੇ ਭਰਾਵੋ ਲਿਆਈ ਚੰਨੀ ਨੂੰ ਕਿਹਾ ਕਿ ਫੀਤਾ ਕੱਟ ਕੇ ਕਾਲਜ ਸ਼ੁਰੂ ਕਰਾ ਕੇ ਆਏਗਾ, ਦੱਸਦਾ ਰੱਖਿਆ ਵਾ ਸੀ ਦੌਰਾ, ਜਾਪਦਾ ਲਾਤਾ ਇਹਨਾਂ ਨੇ ਕਿ ਇਹ ਤਾਂ ਫੈਸਲੇ ਕਰੀ ਜਾਂਦੇ ਆ, 8ਵੀਂ ਜਾਪਦਾ ਲਗਾ ਦਿਓ, ਕੰਮ ਕਰ ਦਿਓ ਬੰਦ। ਸਾਡਾ ਇਸੇ ਤਰ੍ਹਾਂ ਨਾਲ ਆ 66 KV ਜਿਹੜੀ ਬਿਜਲੀ ਜਾਂਦੀ ਸੀ ਹੁਣ ਨਹੀਂ ਜਾਣੀ, ਗਰਮੀ ਹੋਵੇ ਕੁਛ ਹੋਵੇ ਤੁਹਾਡੀ ਬਿਜਲੀ ਨਹੀਂ ਜਾਊ। 66 KV ਇਕੱਲਾ ਇੱਥੇ ਲੱਗ ਗਿਆ ਜਿਹੜਾ ਪਹਿਲਾਂ ਮੈਂ ਬੰਗਾ ਤੇ ਮੰਡਵੀ ਵਿੱਚ ਵੀ ਲਵਾਇਆ ਹੋਇਆ ਸੀ। ਇਸ ਕਰਕੇ ਮੇਰੇ ਭਰਾਵੋ ਮੈਂ ਕਦੇ ਗਣਾਇਆ ਹੀ ਨਹੀਂ ਕੰਮ। ਆ ਸਾਡੀਆਂ 3-4 ਜਿਹੜੀਆਂ ਆਪਣੀਆਂ ਬਸਤੀਆਂ ਨੇ ਧੱਕਾ ਬਸਤੀ ਵੱਜਦੀ ਹੈ, ਬੀਬੀ ਛੋਟੀ ਬੈਠੀ ਹੈ ਸਾਡੀ, 3-4 ਬਸਤੀਆਂ ਸਾਰੇ ਤੁਹਾਡੇ ਵੱਡ ਵਡੇਰਿਆਂ ਨੂੰ ਪੁੱਛੋ ਮੈਂ ਕਿਹਾ ਸੀ, ਉਹ ਰੋਜ਼ ਹੀ ਕਹਿੰਦੇ ਸੀ ਗਰੀਬਾਂ ਲੈ ਕੇ ਉਹਨੇ ਢਾਉਂਦੇ ਆ, ਮਗਰ ਜਦ ਤੱਕ ਮੇਰੇ ਸਾਹ ਚ ਸਾਹ ਹੈ ਮੈਂ ਤੁਹਾਡੀਆਂ ਕਲੋਨੀਆਂ ਨਹੀਂ ਉੱਜੜਨ ਦਿੰਦੀ, ਚਾਹੇ ਜੋ ਮਰਜ਼ੀ ਕਰ ਲਵੇ। ਲੇਕਿਨ ਅੱਜ ਤੁਹਾਡੀਆਂ ਕਲੋਨੀਆਂ ਪੱਕੇ ਤੌਰ ਤੇ ਮਾਲਕ ਬਣ ਕੇ ਜਿਹੜੇ ਕਦੇ ਨਹੀਂ ਕੋਈ ਬਣੇ ਸੀ, ਸਾਰੀਆਂ ਕਲੋਨੀਆਂ ਬਸੇਰਾ ਸਕੀਮ, ਬਸੇਰਾ ਸਕੀਮ ਦੇ ਤਹਿਤ ਪਾਸ ਹੋ ਕੇ ਸਟਿੱਕਰ ਬਣ ਰਹੇ ਹੈ ਜਿਹੜੇ ਸਰਪੰਚ। ਇਹ ਸਾਰੀਆਂ ਚੀਜ਼ਾਂ ਅਸੀਂ ਇੰਨੇ ਸਮੇਂ ਚ ਕਰਕੇ ਦਿਖਾਈਆਂ ਨੇ। ਦੂਜੇ ਪਾਸੇ ਜਿਹੜੇ ਆਉਂਦੇ ਦੂਜੀਆਂ ਪਾਰਟੀਆਂ ਨੇ, ਇਹਨਾਂ ਦਾ ਵਜੂਦ ਹੀ ਨਹੀਂ ਗੇ। ਅਕਾਲੀ ਦਲ ਪਹਿਲਾ ਖਤਮ, ਜਿਹੜਾ ਆ ਕੈਪਟਨ ਢੀਂਡਸਾ ਐਂਡ ਕੰਪਨੀ ਉਹੀ ਮੋਦੀ ਹੈ ਨਾ, ਜਿਹੜਾ ਕਹਿੰਦਾ ਸੀ ਕਾਲਾ ਧਨ ਲਿਆਊਗਾ। ਆ ਸਾਰੇ ਮਜ਼ਦੂਰ ਦੁਕਾਨਦਾਰ ਸਭ ਬੈਠੇ ਹੋ ਤੁਸੀਂ, ਮੇਰੇ ਵੀਰੋ ਕਦੇ ਸੁਣਿਆ ਸੀ ਨੋਟਬੰਦੀ ਹੋਈ, ਨੋਟਬੰਦੀ ਦੇ ਵਿੱਚ ਤੁਹਾਡਾ ਚਿੱਟਾ ਧਨ ਤੁਸੀਂ ਕਢਾ ਨਹੀਂ ਸਕਦੇ ਸੀ ਬੈਂਚ ਤੋਂ ਆਪਣੀ ਮਰਜ਼ੀ ਨਾਲ, ਲੈਣਾ ਚ ਲੱਗਣਾ ਪੈਂਦਾ ਸੀ। ਕਿੰਨੇ ਦੇਣਗੇ, 10,000, 5,000, 15,000, ਘਰੇ ਵਿਆਹ ਸ਼ਾਦੀਆਂ, ਤੁਹਾਡੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਲੈਣਾ ਚ ਲੱਗੇ ਸੀ, ਉਹਨਾਂ ਦੀ ਮਰਜ਼ੀ ਨਾਲ ਕੱਢਦੇ ਸੀ, ਨਹੀਂ ਕੱਢਦੇ ਨਹੀਂ ਸੀ, ਕਿੱਥੇ ਗਿਆ ਉਹ ਪੈਸਾ। ਔਰ ਜਿਹਨੂੰ ਕਹਿੰਦਾ ਸੀ ਕਾਲਾ ਧਨ ਲਿਆਊ,
अदानियां बानियां कैसा बना लो चिट्टा बाहर दे मुल्का खरीद लो थोड़ा गरीबा का पैसा चाके मोदी को तो देता उस मोदी नाल जेडे लोग हाथ बना के आए ने इस तरीके नाल साढ़े अपने 750 दे लगभग पंजाबियों शहीद होना पाया आ थोड़े गनौरी बार्डर के उपर टांगा खानिया पिंसा जी कहते हैं तार हलिया मोदी ना थोड़े काम कराने भाई 1.5 साल टांगा क्या खुआएगा सानू फिर कम करा के आते हूं भी इस करके ये लोग जेड़े आदा वजूद खत्म कर बैठे है ये परमिंदर ढींडसे किन्ने मंगते है सानू जो 20 सीटा 117 चो 20 ते आ गए मंगण वेले देने कहते 8-7 दे मांगे तो सरकार बनाने 62 चाहिए है इतने 8-7 सीटा वाले ये तो अपनिया सीटा बचाते फिरते हैं असि बच जाइए लोग मरण का कारण और अकाली दल का कोई वर्कर लीडर का संघ मुही होनी चाहिए है थोड़ा तो इतने काल पाता अकाली लीडर ही है जी कोई बाहरों इंपोर्टेंट लिया पहले जंदूमाजरा लिया बहरों अपने लिया फिर आम आ गया ढींडसा हूं लौकवाल आ गया अकाली दल के लीडर कहो डुब मरो थोनू तो खत्म करता बुछ फड़ाता गया बहरों आए अकालिया के जोड़े साफ करी जाओ इस करके ना तो ढींडसा की पार्टी ना सरकार ना सीट आनी है जो होना सी हो गया इन्हों का सियासी दरवाजा बंद हो गया जे इन्हों के पल कुछ नहीं सानू की दे देंगे अगर इस्लाम छड़ के हूँ होर भी ना लगते फिर जे लहर थे हार के होर भी देख लीए कोई आपका आपका ही होंगे मेरे भाव आ जे आम आम आदमी कहते कल किया भगवंत मान राणा कल पता है क्यों किया कल कहते हूँ अपना भाणा तो बीत गया लोग तो अपन टिकटा मोड़ मोड़ भज रहे हैं इन्हों टिकटा जो ना मिले तो छड़ के भजता होंगे जिन्होंने टिकट मिल जाए और फिरोजपुराने की टिकट मिल गई आपकी कहता ना जी सबू टिकट मैं चलिया आ ढींडसे की घर वाली मंडवी बागी कहती गुरुद्वारे को 2 लाख दिनी जाके पूछ लियो वो कहते ना जी सामो 2 लाख वापस जाओ जुत्तियां पैंदियां अज तक दलील किया इतों आम आदमी वर्कर की कोई गल नहीं सुनी गई इन्होंने हथा झाड़ू फड़ाता तो कोई दिल्ली में आ गया कोई यूपी में आ गया वो ताज लाई गई उत्ते बैठे औरतों की गल करते एक औरत ने वजीर बनाई मेरे भावो पेंड संजे बन गए पंजाब का पानी दिल्ली ले आवेंगे इस करके जेडे लोग जो तो देखा केजरीवाल का स्टेटमेंट आई सी क्या हम किसान भी खड़े हो गए साढ़ा तो बच गया बाजा साढ़ा तो बना नहीं सरकार वह भी हाथ खड़े करके कहते हूँ जाती बार मतलब डुबदी बेड़ी है हम भगवान मानना बस मन कर दो भगवान तो मान तू करता कि खबरी माड़ा मोटा बच के लोग छड़ के बरकर भजन लग गया इन्होंने कहना सरकार तो बननी नहीं तो आप लड़े माड़े मोटे बच जाएंगे भगवान मान के दर सरकार कि बननी है जिन्हें 4.5 महीने च करिश्मा करके दिखाया चन्नी ने कांग्रेस का आज जेडे बिल आते होंगे ना बिजली के वह किया सब तो घट हिंदुस्तान तो घट बिजली करके दिखाई रेता अजय कितने कितना ही फिरते हैं विरोधी है जेडे अपने जिते चलती है चलाते हैं क्या 4 महीने नहीं मिले अपन अफसर अजय माड़े मोटे दबागे मुड़के फिर 3 हफ्ते बाद आ जाने सरकार 5.5 इस तरीके करके दिखाया सब तो घट असं 22 तो थले लेके आए आ दो मैं बाढ़ वाले की बिजली माफ की अब सेरा स्कीम की गल की दुकाना की गल की इस तरीके आम लोगों वास्ते जो गिने लगा थोड़े को आया हूँ लिख के जिन्हें काम 4 महीने साड़ी चन्नी सरकार ने किए हैं ये 4 टर्मा च नहीं कर सके इसलिए हूँ जो जापता है आतंक जन हत्या जापता 10 तरीक तो बाद फिर बजते बाजे थोड़ी कांग्रेस की सरकार लोगों ने साफ सारे ने दसता सारे जो तजे वाले ने भी सरकार कांग्रेस की आनी है ये तो दूजे तीजे नंबर लड़ रहे हैं इन्हों कोई गल है नहीं इसलिए अज मेरे वीरो मेरा जो सपना है इस हल्के मैं 117 के पहले नंबर का हल्का बनाना है ये सपना पूरा करना चाहनी हाँ जिद ने मैं थोड़े मोटा से जिम्मेवारी पाई है जो माड़ा मोटा भी एहसास तुम समझते हो जो आप समझते हैं कि पिछली बार सरकार च ना होने करके साड़ा नुकसान होया अज सारे तुम अपनी चोन बना के लड़ो ताकि अपना सरकार में हिस्सेदारी हो के इस नारा करता हल्का मूरी खनौरी पिंड सारे थोड़ा
ਬਾਜੇ ਸਾਰੇ ਵਧੀਆ ਤਰੀਕੇ ਦੇ ਨਾਲ ਸਾਰੇ ਸਮਝਣ ਪੱਠਾ ਜਿੰਦਾਬਾਦ ਰਾਹੁਲ ਸਿੱਧੂ ਜਿੰਦਾਬਾਦ ਇਸ ਕਰਕੇ ਬਹੁਤ ਧੰਨਵਾਦੀਆਂ ਕੰਮ ਛੱਡ ਕੇ ਆਏ ਹੋ ਬੜੀ ਵੱਡੀ ਗਿਣਤੀ ਵਿੱਚ ਆਏ ਹੋ ਹਰ ਥਾਂ ਤੇ ਨਵੇਂ ਸਾਡੇ ਐਮਸੀ ਹੋਰ ਦੂਜੇ ਸਾਰੇ ਭੈਣ ਭਰਾ ਨਵੇਂ ਚਿਹਰੇ ਮੈਂ ਦੇਖ ਰਹੀ ਹਾਂ ਇਸ ਲਈ ਮੇਰੇ ਵੀਰੋ ਤੁਹਾਡਾ ਵਿਸ਼ਵਾਸ ਨਹੀਂ ਮੈਂ ਟੁੱਟਣ ਦਿੰਦੀ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਜੋ ਸਾਡੇ ਲਈ ਕਰ ਸਕਦੀ ਹੈ ਉਹ ਕੇਵਲ ਤੇ ਕੇਵਲ ਬੀਬੀ ਰਜਿੰਦਰ ਕੌਰ ਪੱਟੜੀ ਕਰ ਸਕਦੀ ਹੈ ਸੋ ਆ ਜਿੰਨੀਆਂ ਬਸਤੀਆਂ ਨੇ ਸਾਰੀਆਂ ਦੇ ਸਰਵੇ ਇਸ ਵਾਰ ਹੋਏ ਨੇ ਜਿੰਨਾ ਚੰਗੀ ਸਰਕਾਰ ਨੇ ਕੰਮ ਗਰੀਬਾਂ ਲਈ ਕੀਤਾ ਉਹਨਾਂ ਵੀਰੋ ਕਿਸੇ ਨੇ ਨਹੀਂ ਕੀਤਾ ਮੈਂ ਆੜ੍ਹਤੀ ਐਸੋਸੀਏਸ਼ਨ ਗਊਸ਼ਾਲਾ ਕਮੇਟੀ ਹੋਰ ਸਾਰੇ ਪੱਤਰਕਾਰ ਭਾਈਚਾਰਾ ਐਫ ਸੀ ਆਈ ਦੀ ਪੱਕੀ ਲੇਵਰ ਦੇ ਪ੍ਰਧਾਨ ਸਾਹਿਬ ਬੈਠੇ ਨੇ ਨੰਬਰਦਾਰ ਯੂਨੀਅਨ ਖੜੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਇੱਕ ਜਕਾਰਾ ਛੱਡੂੰਗਾ ਦੋ ਹੱਥ ਖੜੇ ਕਰਕੇ ਬੀਬੀ ਜੀ ਨੂੰ ਵਿਸ਼ਵਾਸ ਪਾ ਦਿਓ ਕਿ ਮਾਤਾ ਜੀ ਤੁਸੀਂ ਸਾਡੇ ਹੋ ਅਸੀਂ ਤੁਹਾਡੇ ਹਾਂ ਤੁਹਾਨੂੰ ਜਿਤਾਉਣ ਦੇ ਲਈ ਇਸ ਵਾਰ ਅਸੀਂ ਸਾਰੇ ਇਲਾਕਾ ਨਿਵਾਸੀ ਖਾਸ ਕਰ ਗਰਮਰੀ ਨਿਵਾਸੀ ਆਪਣੀ ਜਿੰਦ ਜਾਨ ਦੀ ਬਾਜੀ ਲਾ ਦਿਆਂਗੇ ਮੈਂ ਜਕਾਰਾ ਛੱਡੂ ਤੁਸੀਂ ਸਾਰੇ ਭੈਣ ਭਰਾ ਦੋਏ ਹੱਥ ਖੜੇ ਕਰਕੇ ਸਤਿਕਾਰ ਦਿਓ ਮਾਤਾ ਜੀ ਨੂੰ ਵਿਸ਼ਵਾਸ ਪਾਓ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਬੀਬੀ ਰਜਿੰਦਰ ਕੌਰ ਜੀ ਪੱਟੜ ਬੀਬੀ ਰਜਿੰਦਰ ਕੌਰ ਜੀ ਪੱਟੜ ਭਾਈ ਰਾਹੁਲ ਸਿੱਧੂ ਭਾਈ ਰਾਹੁਲ ਸਿੱਧੂ ਸਰਦਾਰ ਹੀਰਾ ਸਿੰਘ ਜੀ ਪੱਟੜ ਬਾਬਾ ਹੀਰਾ ਸਿੰਘ ਜੀ ਪੱਟੜ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਉਹਦੀ ਬਾਹ ਫੜਦੇ ਹੋ ਜਦੋਂ ਕਿਸੇ ਨੇ ਕਰੀ ਬਿਨਾਂ ਗੱਲਾਂ ਤੋਂ ਕੱਖ ਨਹੀਂ ਤਾਂ ਫਿਰ ਅਸੀਂ ਆਪਣੀ ਤਾਂ ਆਪਣੀ ਸਰਕਾਰ ਨੂੰ ਮਾਤਾ ਨੂੰ ਅਸੀਂ ਕਿਉਂ ਛੱਡੀਏ ਜਦੋਂ ਕੋਈ ਆਪਣੇ ਹੱਕ ਨੂੰ ਹਾਰਦਾ ਉਦੋਂ ਲਹਿਰਾ ਚਾਹੁੰਦਾ ਹਰੇਕ ਨੂੰ ਚਾਹੁੰਦਾ ਲਹਿਰਾ ਪਰ ਇਹ ਸਰਕਾਰ ਜੋ ਵੀ ਇੱਕੋ ਇੱਕ ਮਾਤਾ ਸਾਡੀ ਬਿੰਦੂ ਤਾਂ ਫਿਰ ਸੀਨੀਅਰ ਲੀਡਰ ਸਾਡਾ ਭਰਾ ਬੇਟਾ ਬੀਬੀ ਜੀ ਇੱਕ ਮਿੰਟ ਅੱਗੇ ਕਰ ਲਿਓ ਆ ਜਾ ਬਹੁਤ ਜ਼ਿਆਦਾ